ਖੂਹ ਪੱਟਦੇ ਸਮੇਂ ਇੱਕ ਭਿਆਨਕ ਹਾਦਸਾ ਵਾਪਰਿਆ ਜਿਸ ਦੇ ਕਾਰਨ ਕਿਸਾਨ ਮਿੱਟੀ ਦੇ ਹੇਠਾਂ ਹੀ ਦਬ ਗਿਆ। ਜੀ ਹਾਂ, ਦੱਸਦੀਏ ਕਿ ਇੱਕ ਕਿਸਾਨ ਦੇ ਖੇਤਾਂ ਦੇ ਵਿੱਚ ਸਮਰਸੀਬਲ ਪੰਪ ਲੱਗਿਆ ਹੋਇਆ ਸੀ ਤੇ ਉਸ ਦੇ ਪਾਈਪ ਦੇ ਵਿੱਚ ਲੀਕੇਜ ਹੋ ਰਹੀ ਸੀ ਤੇ ਉਸ ਲੀਕੇਜ ਨੂੰ ਠੀਕ ਕਰਵਾਉਣ ਦੇ ਲਈ ਉਸ ਕਿਸਾਨ ਦੇ ਵੱਲੋਂ ਤਿੰਨ ਵਿਅਕਤੀਆਂ ਨੂੰ ਬੁਲਾਇਆ ਗਿਆ ਸੀ ਜੋ ਕਿ ਸਮਰਸੀਬਲ ਠੀਕ ਕਰਨ ਦਾ ਕੰਮ ਕਰਦੇ ਨੇ। ਤਾਂ ਕਿਹਾ ਜਾ ਰਿਹਾ ਕਿ ਜਦੋਂ ਲੀਕੇਜ ਸਿੱਧਾ ਠੀਕ ਨਾ ਹੋਈ ਤਾਂ ਉਹਨਾਂ ਤਿੰਨ ਵਿਅਕਤੀਆਂ ਨੇ ਕਿਸਾਨ ਨੂੰ ਸਲਾਹ ਦਿੱਤੀ ਕਿ ਬਿਲਕੁਲ ਇਸ ਦੇ ਨਾਲ ਹੀ ਇੱਕ 2.5 ਫੁੱਟ ਚੌੜੀ ਖੂਹੀ ਖੋਦੀ ਜਾਵੇ ਤੇ ਉਸ ਦੇ ਵਿੱਚ ਉਤਰ ਕੇ ਹੀ ਇਹ ਲੀਕੇਜ ਠੀਕ ਹੋਵੇਗੀ। ਜਿਸ ਤੋਂ ਬਾਅਦ ਕਿਸਾਨ ਦੇ ਵੱਲੋਂ ਉੱਥੇ ਜਦੋਂ ਖੂਹ ਪਟਵਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਤਾਂ 32 ਫੁੱਟ ਤੱਕ ਦੱਸਿਆ ਜਾ ਰਿਹਾ ਕਿ ਜੋ ਵਿਅਕਤੀ ਸੀ ਉਹ ਹੇਠਾਂ ਉਤਰਿਆ ਸੀ ਤੇ ਜਿਵੇਂ ਹੀ ਉਹ ਲੀਕੇਜ ਨੂੰ ਠੀਕ ਕਰਨ ਲੱਗਿਆ ਤਾਂ ਖੂਹ ਦੇ ਵਿਚਕਾਰ ਜੋ ਮਿੱਟੀ ਪੱਟੀ ਹੋਈ ਸੀ ਉਹ ਸਾਰੀ ਹੀ ਉਸਦੇ ਉੱਪਰ ਡਿੱਗ ਗਈ ਜਿਸ ਦੇ ਕਾਰਨ ਉਹ ਕਿਸਾਨ ਹੇਠਾਂ ਹੀ ਦੱਬ ਗਿਆ। ਤਾਂ ਮੌਕੇ ਦੇ ਉੱਤੇ ਦੱਸਿਆ ਜਾ ਰਿਹਾ ਕਿ ਉਸਦੀ ਮੌਤ ਹੋ ਚੁੱਕੀ ਹੈ ਪਰ ਹਾਲੇ ਤੱਕ ਉਸਦੀ ਲਾਸ਼ ਦਾ ਪਤਾ ਨਹੀਂ ਚੱਲ ਸਕਿਆ। ਖਬਰ ਹਿਸਾਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਖੂਹ ਪੱਟਦੇ ਸਮੇਂ ਇੱਕ ਕਿਸਾਨ ਮਿੱਟੀ ਦੇ ਹੇਠਾਂ ਦੱਬ ਗਿਆ। ਆਲੇ ਦੁਆਲੇ ਲੋਕ ਪਹੁੰਚੇ ਹੋਏ ਨੇ, ਲਗਾਤਾਰ ਉਸਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। NDRF ਦੀ ਟੀਮ ਦੇ ਨਾਲ ਨਾਲ ਜੋ ਪਿੰਡ ਦੇ ਲੋਕ ਨੇ ਉਹ ਵੀ ਲਗਾਤਾਰ ਮੋਰਚੇ ਦੇ ਉੱਤੇ ਡਟੇ ਹੋਏ ਨੇ ਪਰ ਉਸ ਵਿਅਕਤੀ ਦਾ ਹਾਲੇ ਤੱਕ ਕੁਝ ਵੀ ਪਤਾ ਨਹੀਂ ਚੱਲ ਸਕਿਆ। ਤਾਂ ਦੱਸ ਦਈਏ ਕਿ ਖੂਹ ਪੱਟਦੇ ਸਮੇਂ ਇਹ ਭਿਆਨਕ ਹਾਦਸਾ ਵਾਪਰਿਆ। ਬਿਲਕੁਲ ਸਮਰਸੀਬਲ ਦੇ ਨਾਲ ਹੀ 2.5 ਫੁੱਟ ਦੀ ਇਹ ਖੂਹ ਪੱਟੀ ਜਾ ਰਹੀ ਸੀ ਤਾਂ ਜਿਸ ਨੂੰ ਠੀਕ ਕਰਨ ਦੇ ਲਈ ਇੱਕ ਵਿਅਕਤੀ ਜੋ ਕਿ ਕਿਸਾਨ ਹੀ ਦੱਸਿਆ ਜਾ ਰਿਹਾ ਉਹ ਨੀਚੇ ਉਤਰਦਾ ਹੈ ਤੇ ਉਤਰਦੇ ਸਾਰ ਹੀ ਉਸਦੇ ਉੱਤੇ ਸਾਰੀ ਮਿੱਟੀ ਪੈ ਜਾਂਦੀ ਹੈ ਤੇ ਉਹ ਵਿਚਕਾਰ ਹੀ ਉਸਦੇ ਦੱਬ ਜਾਂਦਾ ਹੈ ਜਿਸ ਦੇ ਕਾਰਨ ਹੁਣ ਉਸਦੀ ਮੌਤ ਹੋ ਚੁੱਕੀ ਹੈ। ਪਰ ਉਸਦੀ ਲਾਸ਼ ਨੂੰ ਕੱਢਣ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪਰ ਹਾਲੇ ਤੱਕ ਉਸਦਾ ਕੋਈ ਵੀ ਪਤਾ ਨਹੀਂ ਚੱਲ ਸਕਿਆ। ਤਾਂ ਖਬਰ ਹਿਸਾਰ ਤੋਂ ਸਾਹਮਣੇ ਆਈ ਹੈ। भाई मेरा नाम कश्मीर है, पिछबड़ा गांव से। भाई मैं मधुमक्खी पालन करता हूँ, मैंने यहीं बक्से टेक रखे हैं मधुमक्खी पालन में जैसे ही। तो यहाँ से मैं 7 बजे के समथिंग आने लग गया था, तो उस टाइम भाई साहब एक बंदा मतलब यहाँ से निकल गया और यहाँ पटड़ी पा रहा था मतलब, तो वो पूरा मतलब माटी में दसा हुआ था। तो मैंने सोचा भाई तो कोई दारू पी रहा होगा या कोई कुछ ना कुछ ऐसा काम हो रहा है, तो यहाँ कुआ का काम तो है को नहीं। तो उस टाइम भाई फिर उसके बाद उसके गांव में से उसने फोन फान कराया होगा गांव में से, क्यों मेरे को तो उसने हाथ नहीं दिया। तो मैंने डटे भी को नहीं मोटरसाइकिल है, मैं मैंने क्या पता यहाँ क्या हो रहा है क्या नहीं। फिर उसके बाद मैं आधा घंटा के बाद आया ना, फिर उस टाइम पता चला भाई भाई ऐसे ऐसे बात हो। कैसे हुआ ये? या सर भाई निश्चय जैसे कि मतलब समरसीबल की जो मोटर मतलब खराब होगी वो निकला को नहीं थी, तो उसका चुगरता को आप मतलब कुआ बना का लगता है, तो आप जितनी नीचा जा सका थे भाई उसका मतलब इस्तेमाल भाई बहुत निकल जाए इस करके भाई। फिर वो जो कर ऊपर तो पक्की माटी थी, बीच में माटी का जाएगा रेती का वो आ गया, रेती माटी आएगी। तो जिस टाइम बैठा था वह उसे टाइम उसका ऊपर गिर गई भाई रेती माटी, यानी कि किस टाइम की घटना है? ये घटना लगभग भाई 7:30 की है, वैसे इससे ज़्यादा कौन। मजदूर कितने? मजदूर 3 थे भाई। थे मैं टुहाना लोहा काम कोई टुहाना केड़ा है ये बलरा।